हाँ जी, सब तो पहला सारे नु प्यार भरी सत श्री अकाल आ। सो होप सारे तुसी वधिया होंगे। सो अज दी आपां तुहाडे नाल जिन्नियां भी स्पैशल न्यूज़ आ आपां सारियां शेयर करदे हां। पहली इत्थे यूर इंस्टाग्राम फेसबुक ते यूर फॉलो करो, जेकर कोई नवा देख रहा सबसक्राइब कर लियो ते नाल दी नाल वीडियो ये जरूर लाइक करियो। ते पहला इत्थे गल करदा जिहड़ी अज दी गुड न्यूज़ आ। गुड न्यूज़ ये आ भी जिहड़ी US सिटीजनशिप ते जिहड़े पिछले प्रशासन ने एक नीति बनाई सी, सो हुण इन्हां ने यह पॉलिसी दोबारा जिहड़ी चेंज करती आ। मतलब जिहड़ा जिकर किसी ने सिटीजनशिप दे लई अपलाई करना, जिदा 2008 दे आला पहला सिस्टम चलता वा, सो उहदे विच जिदा हुण इन्हां ने जिहड़ी चेंज कीती सी भी जिहड़े 100 तों वधा के 128 जिहड़ी कीती सी, ਉਹ ਹੁਣ ਜਿਨ੍ਹਾਂ ਨੇ 1 ਦਸੰਬਰ ਤੋਂ ਅਪਲਾਈ ਕੀਤਾ ਉਹਨਾਂ ਤਾਂ ਜਿਹੜਾ ਇਹ ਚੱਲ ਰਿਹਾ ਸੀ, ਜਿਹੜੀ ਨਵੀਂ ਨੀਤੀ ਆਈ ਸੀਗੀ ਉਹਦੇ ਸੰਬੰਧੀ ਟੈਸਟ ਦੇਣਗੇ। ਬਟ ਜਿਹਨੇ 1 ਮਾਰਚ 2021 ਤੋਂ ਅਪਲਾਈ ਕਰਨਾ ਵਾ, ਉਹ ਪੁਰਾਣੇ ਹੀ ਸਿਸਟਮ ਜਿਹੜਾ ਚੱਲਦਾ ਸੀ, ਜਿੱਦਾਂ ਪਹਿਲਾਂ ਜਿਹੜੀ ਸਿਟੀਜਨਸ਼ਿਪ ਦਾ ਟੈਸਟ ਹੁੰਦਾ ਸੀ, ਤਾਂ ਉਹ ਸੇਮ ਉੱਦਾਂ ਹੀ ਚੱਲੂਗਾ। ਮਤਲਬ ਈਜ਼ੀ ਕਰਤੀ ਆ, ਜਿੱਦਾਂ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਵਿੱਚ ਇਹ ਜਾਂਦੇ ਜਾਂਦੇ ਚੇਂਜ ਕੀਤੀ ਗਈ ਸੀ, ਅਤੇ ਇਹ ਦੁਬਾਰਾ ਜਿਹੜੀ ਰਿਵਰਸ ਕਰਤੀ ਇਹਨਾਂ ਨੇ ਪੋਲਿਸੀ। ਸੋ ਇਹ ਜਿਹੜੀ ਸਿਟੀਜਨਸ਼ਿਪ 'ਤੇ ਆ, ਸੋ ਸਿਟੀਜਨ ਜਿਹੜੀ ਲੈਣੀ ਹਰ ਬੰਦੇ ਦਾ ਮਤਲਬ ਹਰ ਬੰਦੇ ਦਾ ਡਰੀਮ ਹੁੰਦਾ ਹੈ ਨਾ ਸਿਟੀਜਨਸ਼ਿਪ। ਸੋ ਇਹਨਾਂ ਦੁਬਾਰਾ ਜਿਹੜੀ ਸਿਟੀਜਨਸ਼ਿਪ ਇੱਕ ਵਧੀਆ ਪੋਲਿਸੀ ਬਣਾਤੀ ਹੈ। ਮਤਲਬ ਦੇਖੋ ਤੁਸੀਂ ਵੀ ਜਿੱਦਾਂ ਹੀ ਪ੍ਰਸ਼ਾਸਨ ਇਹ ਲਗਾਤਾਰ ਇਮੀਗ੍ਰੇਸ਼ਨ ਦੇ ਉੱਤੇ ਇਹ ਕੰਮ ਕਰ ਰਿਹਾ, ਇਹ ਲਗਾਤਾਰ ਇਮੀਗ੍ਰੇਸ਼ਨ 'ਤੇ ਪੋਲਿਸੀਜ਼ ਲਿਆ ਰਿਹਾ ਹੈ ਨਾ, ਹਰ ਪਾਸੇ ਉਹ ਟਰਾਈ ਕਰ ਰਿਹਾ ਜਿਹੜੀ ਇਮੀਗ੍ਰੇਸ਼ਨ ਆ ਉਹ ਸੁਧਾਰੀ ਜਾ ਸਕੇ। ਇਹਨਾਂ ਦਾ ਇਹ ਕਹਿੰਦੇ ਨੇ ਵੀ ਅਸੀਂ ਨਿਊ ਲਾਅ ਨਹੀਂ ਬਣਾ ਰਹੇ, ਅਸੀਂ ਸਿਰਫ ਜਿਹੜੀ ਇਹਨਾਂ ਦੀ ਪ੍ਰੋਗਰੈਸ ਆ ਉਹ ਕਰ ਰਹੇ ਹਾਂ, ਇਹਨਾਂ ਨੂੰ ਵਧੀਆ ਬਣਾਉਣ ਲਈ ਟਰਾਈ ਕਰ ਰਹੇ ਹਾਂ, ਵੀ ਜਿਹੜੀਆਂ ਬੈਡ ਥਿੰਗਸ ਆ ਉਹ ਚੇਂਜ ਕਰ ਰਹੇ ਹਾਂ। ਅਤੇ ਇੱਥੇ ਇਹਨਾਂ ਨੇ ਸਾਰੀਆਂ ਪੋਲਿਸੀਆਂ ਦਾ ਚੇਂਜ ਕਰੀ, ਤਾਂ ਸਭ ਤੁਹਾਨੂੰ ਸਾਰਿਆਂ ਨੂੰ ਵੇਟ ਆ ਵੀ ਜਿਹੜਾ ਬੈਨ ਆ ਉਹਦੇ ਸੰਬੰਧੀ ਕੋਈ ਅਪਡੇਟ ਨਹੀਂ ਆਈ। ਸੋ ਬਿਲਕੁਲ ਜੀ, ਜਿਹੜਾ ਇਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਬੈਨ ਲੱਗਿਆ ਸੀ, ਪ੍ਰੈਜ਼ੀਡੈਂਟ ਟਰੰਪ ਜਿਹੜੇ ਬੈਨ ਲਾ ਗਏ ਸੀ March 31 ਤੱਕ, ਉਹਦੇ ਸੰਬੰਧੀ ਇਹਨਾਂ ਨੇ ਕੋਈ ਵੀ ਜਿਹੜੀ ਅਪਡੇਟ ਆ ਹੁਣ ਉਹ ਨਹੀਂ ਦਿੱਤੀ। ਮੈਨੂੰ ਲੱਗਦਾ ਵੀ ਹੁਣ March 31 ਤੱਕ ਤਾਂ ਇਹ ਰਹੂਗਾ, ਹਾਲਾਂਕਿ ਇਹ ਮੇਰਾ ਪਰਸਨਲ ਓਪੀਨੀਅਨ ਆ ਵੀ ਜਿਹੜਾ March 31 ਤੱਕ ਇਹ ਰਹੂਗਾ, ਉਹ ਤੋਂ ਬਾਅਦ ਮਤਲਬ ਇਹ ਨਹੀਂ ਅੱਗੇ ਵਧੂਗਾ। ਜੇਕਰ ਪ੍ਰੈਜ਼ੀਡੈਂਟ ਟਰੰਪ ਹੁੰਦੇ, ਸੋ ਮੇ ਬੀ ਚਾਂਸਸ ਸੀਗੇ ਵੀ ਉਹ ਦੁਬਾਰਾ ਅੱਗੇ ਹੋਰ ਵਧਾ ਸਕਦੇ ਸੀ। ਸੋ ਬਟ ਇਹ ਇੱਥੇ ਤੁਹਾਨੂੰ ਇਹ ਨਿਊਜ਼ ਵਧੀਆ ਹੋਊਗੀ, ਮਤਲਬ ਇਹ ਗੱਲਬਾਤ ਵਧੀਆ ਹੋਊਗੀ, ਚਲੋ ਅੱਗੇ ਨਹੀਂ ਵਧੂਗਾ। ਸੋ ਹੁਣ ਤੱਕ ਤਾਂ ਜਿਹੜਾ ਕੁਛ ਜਿਹੜਾ ਹੋਣਾ ਸੀ ਉਹ ਹੋ ਗਿਆ ਵਾ, ਬਟ ਫਿਰ ਵੀ ਅਜੇ 1 ਮੰਥ ਪਿਆ ਵਾ। ਸੋ ਮੇ ਬੀ ਜੇ ਕੋਈ ਅਪਡੇਟ ਆਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ, ਕਿਉਂਕਿ ਇਹ ਸਾਰਿਆਂ ਨੂੰ ਪਤਾ ਵੀ ਇਹ ਇਹ ਨਹੀਂ ਇਹਨਾਂ ਨੇ ਰਿਵੋਕ ਕੀਤਾ ਹੈਗਾ। ਸੋ ਅਗਲੀ ਜਿਹੜੀ ਗੱਲ ਕਰੀਏ ਤਾਂ ਇੱਕ ਜਿਹੜੀ ਮੈਂ ਸਟੋਰੀ ਐਂਡ ਕਰੀ ਸੀ ਇੰਸਟਾਗ੍ਰਾਮ 'ਤੇ, ਤੁਸੀਂ ਦੇਖੀ ਹੋਣੀ ਆ, ਜਿਹੜੀ ਸੈਕਰਾਮੈਂਟੋ ਦੇ ਵਿੱਚ ਘਟਨਾ ਵਾਪਰੀ ਆ, ਜਿਹੜਾ ਮੁੰਡਾ ਗੁਰਪ੍ਰੀਤ ਸੀਗਾ ਅਤੇ 7-11 ਦੇ ਉੱਤੇ, ਇਹ ਮੁੰਡਾ ਕਹਿੰਦਾ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਡਿਸਟ੍ਰਿਕਟ ਲੁਧਿਆਣੇ ਦੇ ਖੰਨਾ ਏਰੀਏ ਦਾ ਸੀਗਾ, ਖੰਨਾ ਏਰੀਏ ਦੇ ਨੇੜੇ ਪਿੰਡ ਪੈਂਦਾ ਕੋਈ, ਉੱਥੇ ਦਾ ਮੁੰਡਾ ਸੀਗਾ ਇਹ ਗੁਰਪ੍ਰੀਤ। ਅਤੇ ਇਹ 2 ਸਾਲ ਪਹਿਲਾਂ ਕਹਿੰਦੇ ਵੀ USA ਵਿੱਚ ਆਇਆ ਸੀ, ਤਕਰੀਬਨ 2.5 ਸਾਲ ਪਹਿਲਾਂ ਅਮੈਰੀਕਾ ਵਿੱਚ ਆਇਆ ਸੀ, ਅਤੇ ਇਹਦੀ ਇੱਕ ਬੇਟੀ ਆ ਅਤੇ 5 ਸਾਲ ਦੀ ਤਕਰੀਬਨ, ਅਤੇ ਇਹਦੀ ਵਾਈਫ ਆ ਅਤੇ ਇਹਦੇ ਪੇਰੈਂਟਸ ਨੇ, ਹੈ ਨਾ। ਅਤੇ ਇੱਦਾਂ ਦੀ ਘਟਨਾ ਇਹ ਪਹਿਲੀ ਨਹੀਂ ਹੈਗੀ ਅਮੈਰੀਕਾ ਦੇ ਵਿੱਚ, ਪਹਿਲਾਂ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾ ਵਾਪਰੀ ਹੈਗੀ ਕੋਈ, ਕਿਉਂਕਿ ਸਟੋਰਾਂ 'ਤੇ ਆਮ ਗੱਲ ਆ ਇਹ ਵੀ ਕੋਈ ਰੋਬਰੀ ਹੁੰਦੀ ਆ, ਰੋਬਰੀ ਹੁੰਦੀ ਆ, ਉਹ ਜਿਹੜੇ ਆਉਂਦੇ ਨੇ ਬੰਦੇ ਉਹ ਕ੍ਰਾਈਮ ਕਰਦੇ ਆ, ਉਹਨਾਂ ਨੂੰ ਕਿਸੇ ਦਾ ਕੋਈ ਡਰ ਭਾ ਨਹੀਂ ਹੈਗਾ। ਪਹਿਲਾਂ ਤਾਂ ਉਹ ਪੈਸੇ ਮੰਗਦੇ ਆ, ਆਉਂਦੇ ਹੀ ਤੁਹਾਨੂੰ ਕਹਿਣਗੇ ਡੋਲਰ ਤੁਸੀਂ ਦੇ ਵੀ ਦਿੱਤੇ ਕਈ ਵਾਰ ਜਾਂਦੇ ਜਾਂਦੇ। ਪਿੱਛੇ ਜੀ ਇੱਕ ਮੁੰਡੇ ਦੀ ਆਪਾਂ ਨੇ ਵੀਡੀਓ ਕਰੀ ਸੀਗੀ, ਉਹ ਮੁੰਡੇ ਤਾਂ ਜਾਂਦੇ ਜਾਂਦੇ ਪਹਿਲਾਂ ਤਾਂ ਉਹਨਾਂ ਨੇ ਉਹਤੋਂ ਡੋਲਰਸ ਲੈ ਲਏ, ਜਾਂਦੇ ਜਾਂਦੇ ਉਹਨੂੰ ਸ਼ੂਟ ਮਾਰ ਗਏ 2 ਗੋਲੀਆਂ। ਤਾਂ ਇੱਦਾਂ ਇਹ ਬੰਦੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਿੱਦਾਂ ਇਹ ਪੁਲਿਸ ਨੇ ਸਟੇਟਮੈਂਟ ਪਾਈ ਆ, ਇਹਨਾਂ ਦੀ ਸਟੇਟਮੈਂਟ ਮੈਂ ਰੀਡ ਕਰ ਰਿਹਾ ਸੀਗਾ, ਉਹਨਾਂ ਨੇ ਸਟੇਟਮੈਂਟ ਪਾਈ ਆ ਵੀ 3:30 ਵਜੇ ਤਾਂ ਤਕਰੀਬਨ 3:20-3:25 'ਤੇ ਇਹਨਾਂ ਨੂੰ ਕਾਲ ਆਉਂਦੀ ਆ ਵੀ ਇਹ ਜਿਹੜਾ ਇੱਕ ਬੰਦਾ ਵਾ ਵੀ ਉਹ ਇੰਜਰਡ ਆ, ਵੀ ਕਿਸੇ ਕਸਟਮਰ ਦੀ ਕਾਲ ਆਉਂਦੀ ਆ ਵੀ ਬੰਦਾ ਗਿਆ ਹੋਣਾ ਸਟੋਰ 'ਚ, ਅਤੇ ਕਾਲ ਆਉਂਦੀ ਆ ਵੀ ਉਹ ਇੰਜਰਡ ਆ। ਤਾਂ ਫਿਰ ਉਹ ਤੋਂ ਬਾਅਦ ਉਹ ਪੁਲਿਸ ਵਾਲੇ ਨੂੰ ਲੈ ਕੇ ਜਾਂਦੇ ਆ, ਬਟ ਉਹ ਜਿਹੜਾ ਹੋਸਪਿਟਲ ਦੇ ਵਿੱਚ ਮੈਡੀਕਲ ਉਹਨੂੰ ਘੋਸ਼ਿਤ ਕਰ ਦਿੰਦੇ ਵੀ ਬੰਦੇ ਦੀ ਇਹਦੀ ਡੈਥ ਹੋ ਗਈ ਆ। ਸੋ ਹੁਣ ਇਹ ਇਨਵੈਸਟੀਗੇਸ਼ਨ ਕਰ ਰਹੇ ਆ, ਕਹਿੰਦੇ ਜੇ ਕਿਸੇ ਨੂੰ ਇਹ ਜਿਹੜੇ ਬੰਦਿਆਂ ਨੇ ਇਹ ਕੰਮ ਕਰਿਆ, ਰੋਬਰੀ ਕਰੀ ਆ, ਤਾਂ ਉਹ ਜਿਹੜਾ ਹੈਲਪ ਕਰ ਸਕਦੇ ਆ ਪੁਲਿਸ ਦੀ, ਜੇਕਰ ਉਹਨਾਂ ਨੂੰ ਕੰਟੈਕਟ ਨੰਬਰ ਦਿੱਤੇ ਨੇ ਆਪਣੇ, ਅਤੇ ਉਹਨਾਂ ਨੂੰ $1,000 ਇਹ ਵੀ ਰੱਖਿਆ ਸੀ ਵੀ ਜੇਕਰ ਕੋਈ ਇਹਨਾਂ ਦੀ ਜਾਣਕਾਰੀ ਦਊਗਾ ਜਿਹੜੇ ਬੰਦਿਆਂ ਨੇ ਰੋਬਰੀ ਕਰੀ, ਅਸੀਂ $1,000 ਉਹਨਾਂ ਨੂੰ ਪ੍ਰਾਈਜ਼ ਵੀ ਦੇਵਾਂਗੇ। ਅਤੇ ਇਹ ਜਿਹੜੀ ਇੱਕ ਮੱਧਭਾਗੀ ਘਟਨਾ ਜਿਹੜੀ ਸੈਕਰਾਮੈਂਟੋ ਏਰੀਏ ਦੇ ਵਿੱਚ ਵਾਪਰੀ ਆ। ਸੋ
ਤੁਸੀਂ ਮਤਲਬ ਮੇਰਾ ਕਹਿਣ ਦਾ ਮਤਲਬ ਇੱਦਾਂ ਦੀਆਂ ਘਟਨਾਵਾਂ ਬਹੁਤ ਵਾਰ ਮੈਂ ਦੇਖੀਆਂ ਨੇ, ਬਹੁਤ ਵਾਰ ਹੁੰਦੀਆਂ ਰਹਿੰਦੀਆਂ ਨੇ। ਸੋ ਪਲੀਜ਼ ਸੇਫ ਜਿਹੜਾ ਰੱਖਿਆ ਕਰੋ ਆਪਣੇ ਆਪ ਨੂੰ, ਅਤੇ ਬਾਕੀ ਤੁਸੀਂ ਸਾਰੇ ਹੈ ਨਾ ਖੁਦ ਸਮਝਦਾਰ ਹੋ। ਸੋ ਇਹ ਗੁਰਪ੍ਰੀਤ ਸਿੰਘ ਦੇ ਲਈ ਸੀਗੀ ਜੀ, ਅਤੇ ਵਾਹਿਗੁਰੂ ਮਿਹਰ ਕਰੇ ਇਹਨਾਂ ਦੀ ਫੈਮਿਲੀ ਅਤੇ ਇਹਨਾਂ ਦੇ ਵਿੱਚ 7-11 ਤੇ ਵਾਪਰੀ ਆ। ਅਤੇ ਮੈਂ ਇਹਦੀ ਫੋਟੋ ਆਈਡੀ ਇੰਸਟਾਗ੍ਰਾਮ 'ਤੇ ਐਡ ਕੀਤੀ ਸੀ, ਅਤੇ ਕਾਫੀ ਦੁੱਖ ਭਰੀ ਖਬਰ ਆ ਹੈ ਨਾ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।